ਮਿਸ਼ਤਵਾਨ ਅਜੀਮ ਬਿਸਮਿਲ੍ਲਾ ਰਹਿਮਾਨ ਰਹੀਮ। ਮਾੜੇ ਚੰਨ ਵਰਗੇ ਕਮਾਲ ਜੈਸੇ ਬੇਟੇ ਦੀ ਸ਼ਾਦੀ ਵਿੱਚ ਜਿਨ੍ਹਾਂ ਜਿਨ੍ਹਾਂ ਦੋਸਤਾਂ ਭਾਈਆਂ ਸ਼ਿਰਕਤ ਕੀਤੀ, ਮੈਂ ਉਹਨਾਂ ਨਾਲ ਸ਼ੁਕਰੀਆ ਅਦਾ ਕਰਨਾ। ਇਨਸ਼ਾਅੱਲਾ ਮਾੜੇ ਕੋਲੋਂ ਕੋਈ ਗਲਤੀ ਵੀ ਹੋਈ ਤਾਂ ਮੈਂ ਉਹਨਾਂ ਕੋਲ ਮਾਦਰਤ ਕਰਨਾ। ਮੇਰੇ ਘਰ ਵਿੱਚ ਮਹਿਮਾਨ ਸਾਰੇ ਆਏ ਸੀ, ਉਹੀ ਜਾਣੀ ਇਨਸਾਨ ਕੋਲੋਂ ਥੋੜ੍ਹੀਆਂ ਗਲਤੀਆਂ ਕੁਤਾਈਆਂ, ਕਿਸੇ ਮਿਲਿਆ ਨਾ ਸਹੀ, ਕਿਸੇ ਕੀ ਲਾਪਰਵਾਹੀ ਹੋਏਗੀ ਮੇਰੇ ਕੋਲੋਂ, ਮੈਂ ਮਾਦਰਤ ਕਰਨਾ। ਮੇਰੇ ਭਾਈਆਂ ਦੀ ਤਰਫੋਂ ਵੀ ਮੈਂ ਮਾਦਰਤ ਕਰਨਾ। ਤਾਂ ਬਾਕੀ ਇਨਸ਼ਾਅੱਲਾ ਦੋਸਤਾਂ ਮੇਰੇ ਪਰ ਬਹੁਤ ਬੜਾ ਆਸਾਨ ਚੜਿਆ, ਮੈਂ ਇਸ ਜਵਾਨਾਂ ਸਾਹ ਜਿਸ ਤਰ੍ਹਾਂ ਕਿ ਮੇਰੇ ਨਾਲ ਦੋਸਤਾਂ ਕੀਤਾ, ਤਾਂ ਇਨਸ਼ਾਅੱਲਾ ਮੈਂ ਜ਼ਿੰਦਾ ਰਿਹਾ ਤਾਂ ਮਾੜਾ ਖੂਨ ਮਾੜੇ ਬੱਚੇ ਵੀ ਹਾਜ਼ਰ ਇਹਨਾਂ ਦੋਸਤਾਂ ਬਰਾਦਰੀ ਵਾਸਤੇ ਭਰਾ ਵਾਸਤੇ ਇਨਸ਼ਾਅੱਲਾ ਮੈਂ 24 ਘੰਟੇ ਹਾਜ਼ਰ। ਅਤੇ ਬਾਕੀ ਜਿਹੜੇ ਦੋਸਤ ਕਿਸੇ ਮਜਬੂਰੀ ਵਜ੍ਹਾ ਨਾਲ ਨਹੀਂ ਅੱਛੀ ਸਕੇ, ਉਹਨਾਂ ਨੂੰ ਵੀ ਮੈਂ ਸ਼ੁਕਰੀਆ ਅਦਾ ਕਰਨਾ, ਕੋਈ ਮਸਲਾ ਨਹੀਂ। ਮਾੜਾ ਛੋਟਾ ਬੇਟਾ ਵੀ ਥਿਆ, ਇਨਸ਼ਾਅੱਲਾ ਇਸੇ ਤਾਂ ਧੂਮ ਧਾਮ ਨਾਲ ਉਸ ਬੇਟੇ ਨੂੰ ਮੈਂ ਸ਼ਾਦੀ ਕਰਸਾਂ, ਔਰ ਜੇ ਮੈਂ ਜ਼ਿੰਦਾ ਰਿਹਾ ਤਾਂ ਮਲਾਦ ਸ਼ਰੀਫ ਕਰਾਸਾਂ। ਜਿਸ ਤਰ੍ਹਾਂ ਹੁਣ ਪੂਰੇ ਪਾਕਿਸਤਾਨ ਵਿੱਚ ਸ਼ੋਰ ਪਿਆ, ਸਰਹੱਦ ਪੰਜਾਬ ਇਸਲਾਮਾਬਾਦ ਸਿੰਧ ਜੀਆਂ ਮੇਰੇ ਘਰ ਵਿੱਚ ਵਾਮ ਆਈ, ਤਾਂ ਮੈਂ ਸਭਾਂ ਦਾ ਸ਼ੁਕਰੀਆ ਅਦਾ ਕਰਨਾ। ਇਹ ਜਿਹੜੇ ਠੀਕ ਆ ਕਿਸੇ ਮੰਗਣੇ ਵਾਲੇ ਬੰਦੇ ਕੀ ਗਰੀਬ ਬੰਦੇ ਕੀ ਕੋਈ ਜ਼ਿਆਸਤੀ ਹੋਈ, ਕਿਸੇ ਡੰਡਾ ਕਿਸੇ ਮਾਰਿਆ, ਤਾਂ ਉਹ ਵੀ ਮੈਂ ਮਾਦਰਤ ਕਰਨਾ ਠੀਕ। ਤਾਂ ਬਾਕੀ ਇਨਸ਼ਾਅੱਲਾ ਜੇ ਮਲਾਦ ਕਰਾਸਾਂ ਤਾਂ 4 ਸੂਬਿਆਂ 'ਚ ਉਹ ਵੀ ਬੰਦੇ ਇਕੱਠੇ ਕਰਸਾਂ ਇਨਸ਼ਾਅੱਲਾ। ਤਾਂ ਪਾਕਿਸਤਾਨ ਵੀ ਨਾ ਕੋਈ ਮੌਲਵੀ ਰਹੇ ਨਾ, ਅਤੇ ਨਾ ਵਾਮ ਛੋੜੋ ਨਾ ਇਨਸ਼ਾਅੱਲਾ। ਜਿਸ ਤਰ੍ਹਾਂ ਇਹ ਸ਼ਾਦੀ ਕੀਤੀ ਧੂਮ ਧਾਮ ਨਾਲ, ਅਤੇ ਰਿਕਾਰਡ ਇਨਸ਼ਾਅੱਲਾ 100 ਸਾਲ ਤੋਂ ਬਾਅਦ ਵੀ ਇਹ ਕੋਈ ਨਹੀਂ ਤਰੋੜੀ ਸਕਣਾ, ਤਾਂ ਨਾ ਪਹਿਲਾਂ ਤਰੁੱਟਾ। ਅਤੇ ਬਾਕੀ ਮਲਾਦ ਨੂੰ ਵੀ ਇਨਸ਼ਾਅੱਲਾ ਨਤਾਰਾ ਕਰਸਾਂ, ਕਿਉਂਕਿ ਮਿਕੀ ਹੁਬ ਸੀ ਮਲਾਦ ਨਹੀਂ, ਅਤੇ ਇਸ ਬੇਟੇ ਦੀ ਥੋੜ੍ਹੀ ਖਵਾਹਿਸ਼ ਸੀ। ਤਾਂ ਮੈਂ ਤਾਂ ਬਾਕੀ ਇਨਸ਼ਾਅੱਲਾ ਮੈਂ ਜ਼ਿੰਦਾ ਰਿਹਾ ਤਾਂ ਮਲਾਦ ਅਸੀਂ ਮਰੀ ਗਿਆ ਤਾਂ ਮੇਰਾ ਇਹ ਬੇਟਾ ਭਾਈ ਨਹੀਂ ਸ਼ਾਦੀ ਮਲਾਦ ਹੀ ਕਰਾਸੀ, ਕੋਈ ਢੋਲ ਢਮੱਕਾ ਨਹੀਂ ਹੋਣਾ, ਕੁਝ ਨਹੀਂ ਹੋਣਾ, ਸਿਰਫ ਮਲਾਦ ਅਸੀਂ ਨਬੀ ਪਾਕ ਨਜ਼ਦੀਕ ਹੋ ਸੀ। ਤਾਂ ਬਾਕੀ ਜਿਤਨੇ ਦੋਸਤਾਂ ਮਾੜੇ ਘਰ ਖੁਸ਼ੀ ਕੀਤੀ, ਤਾਂ ਜੇ ਮੈਂ ਜ਼ਿੰਦਾ ਰਿਹਾ ਜਿੱਥੇ ਮਿਕੀ ਪੁਕਾਰ ਸਾਂ, ਮੈਂ 2 ਗੁਣੇ ਉਹਨਾਂ ਤੋਂ ਬੜ ਚੜ ਕੇ ਹਿੱਸਾ ਕਿਣ ਸਾਂ। ਗੱਲ ਇਹ ਹੈ ਕਿ ਜਿਤਨੇ ਮਹਿਮਾਨ ਆਏ, ਸਿਆਸੀ ਸਮਾਜੀ ਕਾਰੋਬਾਰੀ ਆਪਣੇ ਕਾਮ ਮਸਰੂਫੀਅਤ ਛੋੜ ਕੇ ਸਾਡੇ ਘਰ ਵਿੱਚ ਆਏ, ਮੈਂ ਚੇਅਰਮੈਨ ਦੀ ਤਰਫੋਂ ਸਭਾਂ ਦਾ ਸ਼ੁਕਰੀਆ ਅਦਾ ਕਰਨਾ। ਜਿੱਥੋਂ ਕਸ਼ਮੀਰ ਵਿੱਚੋਂ ਸਦਰ ਸਾਹਿਬ ਆਏ, ਇਸਲਾਮਾਬਾਦ ਵਿੱਚੋਂ MNA ਆਏ, ਪਿੰਡੀ ਵਿੱਚੋਂ ਆਏ, ਅਤੇ ਦੂਆ ਪੰਜਾਬ ਵਿੱਚੋਂ ਆਏ, ਜਿਤਨੇ ਸਿਆਸੀ ਲੋਕ ਆਏ, ਸਭਾਂ ਦਾ ਮੈਂ ਸ਼ੁਕਰੀਆ ਅਦਾ ਕਰਨਾ। ਮੇਰੇ ਬੇਟੇ ਦੀ ਖੁਸ਼ੀ 'ਚ ਹਾਜ਼ਰੀ ਉਹ ਇਸ ਤਰ੍ਹਾਂ ਕੀਮਤੀ ਵਕਤ ਤੋਂ ਨਿਕਾਲੀ, ਤਾਂ ਮੇਰੇ ਬੇਟੇ ਦੀ ਖੁਸ਼ੀ 'ਚ ਤਾਂ ਤਸ਼ਰੀਫ ਰੱਖੀ ਨੇ। ਤਾਂ ਮੈਂ ਖਾਸ ਕਰ ਚੇਅਰਮੈਨ ਦੀ ਤਰਫੋਂ ਮੈਂ ਸਾਰਿਆਂ ਦਾ ਸ਼ੁਕਰੀਆ ਅਦਾ ਕਰਨਾ। ਕੀ ਗੱਲ ਰਹੀ ਬਰਾਦਰੀ ਦੀ, ਸਰ ਬਰਾਦਰੀ ਮੇਰੇ ਨਾਲ ਇਤਨਾ ਤਾਵਨ ਕੀਤਾ ਨਾ, ਭਾਈ ਤਾਂ ਭਾਈ ਰਿਹਾ ਇਸਨੇ ਕਮਾਲੇ ਮਾਮੂ ਚਾਚੂ ਇੱਕ ਸਾਈਡ 'ਤੇ, ਕਿਉਂਕਿ ਉਹਨਾਂ ਦਾ ਤਾਂ ਹੱਕ ਬੰਨਾ ਮੇਰੇ ਭਤੀਜਿਆਂ ਨਾਲ, ਮੇਰੇ ਭਾਂਜਿਆਂ ਨਾਲ, ਮੇਰੇ ਮਸੇਰਾਂ ਨਾਲ, ਮੇਰੇ ਫਫੇਰਾਂ ਨਾਲ, ਮੇਰੇ ਮਲੇਰਾਂ ਨਾਲ, ਸਭਾਂ ਨਾਲ। ਲੇਕਿਨ ਮੇਰੇ ਨਾਲ ਜਿੱਦਾਂ ਜਿਹਾ ਬਰਾਦਰੀ ਚੱਲੀ ਨਾ, ਮੈਂ ਸਾਰੀ ਜ਼ਿੰਦਗੀ ਨਾਲ ਆਸਾਨ ਨਾ ਮੁਕਾਉਣੇ ਜਵਾਂ, ਰਾਤ ਦਿਨ ਹੀ ਨਾ ਹੈ ਕਰ ਸਟੀ, ਰਾਤ ਦਿਨ ਹੀ ਨਾ ਹੈ ਕਰ ਸਟੀ। ਮੈਂ ਇੱਕ ਗੱਲ ਆਖੀ, ਉਹਨਾਂ 2 ਗੱਲਾਂ ਕੀਤੀਆਂ, ਜਿਹੜੀ ਗੱਲ ਮੈਂ ਆਖੀ ਉਹ ਕੀਤੀ ਨੇ। ਮੇਰੇ ਬੱਚੇ ਦੀ ਬਰਾਤ ਸੀ, ਮੈਂ ਕਿਸੇ ਸੰਗੀਆਂ ਦੋਸਤਾਂ ਦੀ ਗੱਡੀਆਂ ਨਹੀਂ ਆਖੀ, ਮੇਰੇ ਸੰਗੀ ਦੋਸਤ ਰਾਤ ਦਿਨ ਹੀ ਕਰਕੇ ਜਗ੍ਹਾ ਜਗ੍ਹਾ ਉਹ ਗੱਡੀਆਂ ਆਪਣੀਆਂ ਤਿਆਰ ਕਰਾਉਣੇ ਪਏ। ਮੈਨੂੰ ਉਸ ਟਾਈਮ ਪਤਾ ਚੱਲਿਆ ਜਿਸ ਟਾਈਮ 12 ਵਜੇ ਇੱਥੇ ਜਲੂਸ ਦੀ ਸ਼ਕਲ ਉੱਪਰ ਮੇਰੇ ਦੋਸਤ ਬਰਾਦਰੀ ਭਾਈਏ ਭਤੀਜੇ ਭਾਂਜੇ ਸਾਰੇ ਪਹੁੰਚੇ। ਤਾਂ ਬਾਕੀ ਮੈਂ ਮਸ਼ਕੂਰ ਹਾਂ ਸਾਰੀ ਬਰਾਦਰੀ ਨਾਲ, ਇਹ ਨਹੀਂ ਜੇ ਹੀ ਕੁਸੇ ਨਾਲ, ਸਾਰੀ ਬਰਾਦਰੀ ਨਾਲ ਮੈਂ ਮਸ਼ਕੂਰ ਹਾਂ ਅਤੇ ਤਾਬੇਦਾਰ ਹਾਂ। ਤਾਂ ਮਿਕੀ ਅੱਗੇ ਵੀ ਬਰਾਦਰੀ ਸਾਰੀ ਕੀ ਪਤਾ ਮੈਂ ਜੋ ਕੁਝ ਹਾਂ, ਠੀਕ ਆ ਮੈਂ ਇੱਧਰੋਂ ਸਾ ਬੰਦਾ, ਲੇਕਿਨ ਰਾਤੀ ਦਿਨੇ 24 ਘੰਟੇ ਮਿਕੀ ਜਿੱਥੇ ਪਕਾਰ ਸੌਣ ਮੈਂ ਹਾਜ਼ਰ ਹੋ ਸਾਂ, ਮੇਰੇ ਬੇਟੇ ਹਾਜ਼ਰ ਹੋ ਸਾਂ ਇਨਸ਼ਾਅੱਲਾ ਅੱਲਾ ਨੇ ਹੁਕਮ ਨਾਲ। ਕੀ ਮੈਂ KM ਸਟੂਡੀਓ ਨੀ ਪੂਰੀ ਟੀਮ ਨਾਲ ਮੈਂ ਸ਼ੁਕਰੀਆ ਅਦਾ ਕਰਨਾ, ਜਿਹਨਾਂ ਰਾਤ ਦਿਨ ਹੀ ਕਰਕੇ ਮੇਰੇ ਚੰਨ ਵਰਗੇ ਬੇਟੇ ਕਮਾਲ ਕਦੀਰ ਦੀ ਸ਼ਾਦੀ ਵਿੱਚੋਂ ਉਹਨਾਂ 4 ਚਾਂਦ ਲਗਾਏ। ਤਾਂ ਬਾਕੀ ਤਾਬੇਦਾਰ ਸ਼ੁਕਰੀਆ ਅਤੇ ਮਿਹਰਬਾਨੀ, ਅੱਲਾ ਖੁਸ਼ ਰੱਖੇ।